ਓਲੰਪਿਕ 2024 ਦਾ ਆਗਾਜ਼ ਹੋ ਚੁੱਕਿਆ ਤੇ ਅੱਜ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਦੇ ਨਾਲ ਹੋਵੇਗਾ ਜੋ ਕਿ ਭਾਰਤੀ ਸਮੇਂ ਮੁਤਾਬਿਕ 9 ਵਜੇ ਖੇਡਿਆ ਜਾਵੇਗਾ। ਦੱਸਦੇ ਕਿ ਪਿਛਲੇ ਸਾਲ ਭਾਰਤ ਦੀ ਟੀਮ ਦੇ ਵੱਲੋਂ ਬ੍ਰੋਂਜ਼ ਮੈਡਲ ਜਿੱਤਿਆ ਗਿਆ ਸੀ ਤਾਂ ਇਸ ਵਾਰ ਭਾਰਤ ਦਾ ਟੀਚਾ ਗੋਲਡ ਮੈਡਲ ਹੋਵੇਗਾ। ਹੁਣ ਤੱਕ ਭਾਰਤ ਦੀ ਟੀਮ ਨੇ ਓਲੰਪਿਕ ਦੇ ਵਿੱਚ 12 ਮੈਡਲ ਜਿੱਤੇ ਨੇ ਜਿਸਦੇ ਵਿੱਚ 8 ਗੋਲਡ, 3 ਬ੍ਰੋਂਜ਼ ਅਤੇ 1 ਸਿਲਵਰ ਮੈਡਲ ਸ਼ਾਮਿਲ ਹੈ ਤੇ ਅੱਜ ਵਾਲੇ ਮੈਚ ਦੇ ਵਿੱਚ ਭਾਰਤ ਦੀ ਟੀਮ ਜਿੱਤ ਦੇ ਨਾਲ ਟੂਰ ਦੀ ਸ਼ੁਰੂਆਤ ਕਰਨਾ ਚਾਹੇਗੀ। ਇਸ ਸੰਬੰਧੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਦੇ ਘਰ ਸਾਡੀ ਟੀਮ ਪਹੁੰਚੀ। ਆਓ ਜਾਣਦੇ ਹਾਂ ਇਸ ਸੰਬੰਧੀ ਉਹਨਾਂ ਦੇ ਪਰਿਵਾਰ ਦਾ ਕੀ ਕਹਿਣਾ ਹੈ। ਟੀਮ ਕੀ ਸਭੀ ਕੀ ਬਹੁਤ ਤਿਆਰੀ ਹੈ, ਬੱਚੇ ਬਹੁਤ ਅੱਛਾ ਖੇਲਤੇ ਹੈ, ਸਾਰੀ ਟੀਮ ਇੱਕਜੁੱਟ ਹੋ ਕੇ ਖੇਲਤੀ ਹੈ ਔਰ ਕੋਚ ਦਾ ਵੀ ਬਹੁਤ ਜ਼ਿਆਦਾ ਟੀਮ ਦੇ ਉੱਪਰ ਪ੍ਰਭਾਵਿਤ ਆ ਔਰ ਗੌਰਮੈਂਟ ਸਰਕਾਰਾਂ ਦਾ ਵੀ ਬਹੁਤ ਜ਼ਿਆਦਾ, ਪਰ ਬੱਚੇ ਐਰ ਕੀ ਵਧੀਆ ਕਰਨਗੇ, ਸਭੀ ਬੱਚੇ ਜਿਹੜੇ ਵਧੀਆ ਖੇਲਤੇ ਹੈ। ਕੈਸੇ ਦੇਖਦੇ ਕਿ ਇਸ ਵਾਰ ਕੈਸੀ ਟੀਮ ਕੀ ਸਟੈਚੂਡੀ ਰਹੇਗੀ, ਕਿਆ ਕੁਛ ਖਾਸ ਰਹਿਣੇ ਵਾਲਾ ਹੈ ਇਸ ਵਾਰ, ਕਿਉਂਕਿ ਕਈ ਨਏ ਯੁਵਾ ਖਿਲਾੜੀ ਵੀ ਆਏ, ਕੁਛ ਪੁਰਾਣੇ ਜੋ ਖਿਲਾੜੀ ਹੈ ਉਨਕੀ ਤਕਨੀਕ ਸੇ ਟੀਮ ਇੱਕ ਬੜੀਆ ਪ੍ਰਦਰਸ਼ਨ ਕਰ ਪਾਏਗੀ। ਜੋ ਨਵੇਂ ਖਿਡਾਰੀ ਹੈ ਉਹ ਵੀ ਵਧੀਆ ਹੈ, ਬੱਚੇ ਖੇਲਤੇ ਹੈ, ਜੋ ਪੁਰਾਣੇ ਹੈ ਉਹ ਵੀ ਵਧੀਆ ਖੇਲਤੇ ਹੈ ਔਰ ਇੱਕਜੁੱਟ ਹੋ ਕੇ ਖੇਲਣਗੇ ਤਾਂ ਵਧੀਆ ਪ੍ਰਦਰਸ਼ਨ ਹੋਊਗਾ ਤੇ ਇੰਡੀਆ ਦਾ ਨਾਂ ਚਮਕਾਉਣਗੇ। ਹਾਂਜੀ ਜੀ, ਅੱਜ ਰਾਤ ਨੂੰ 9 ਵਜੇ ਮੈਚ ਹੋ ਰਿਹਾ, ਸਟਾਰਟ ਹੋ ਰਿਹਾ ਹੈ ਔਰ ਇੰਡੀਆ ਕੀ ਅੱਜ ਪੂਰੀ ਉਮੀਦ ਹੈ, ਇੰਡੀਆ ਅੱਛੇ ਗੋਲ ਸੇ ਜੀਤੇਗੀ ਔਰ ਓਲੰਪਿਕ ਮੈਂ ਆਪਣਾ ਜੋ ਕਦ ਉੱਚਾ ਕਰੇਗੀ। ਕੈਸੇ ਦੇਖਤੇ ਇਸ ਬਾਰ ਟੀਮ ਕੇ ਪ੍ਰਦਰਸ਼ਨ ਕੋ, ਕਿਉਂਕਿ ਕਾਫੀ ਟਫ ਮੁਕਾਬਲਾ ਹੋਗਾ ਇਸ ਬਾਰ, ਕਿਉਂਕਿ ਔਰ ਵੀ ਜੋ ਬਾਕੀ ਟੀਮ ਹੈ ਖਾਸ ਕਰ ਅਰਜਨਟੀਨਾ ਹੋ ਗਈ ਜਾਂ ਆਸਟ੍ਰੇਲੀਆ ਹੋ ਗਈ, ਤੋ ਐਸੀ ਟੀਮੋਂ ਕੇ ਸਾਥ ਕਈ ਨਾ ਕਈ ਟਫ ਮੁਕਾਬਲਾ ਨਜ਼ਰ ਆ ਰਿਹਾ। ਨਹੀਂ ਜੀ, ਬੱਚੋਂ ਨੂੰ ਇਹ ਕਹਾ ਵੀ ਟੀਮ ਕੋਈ ਵੀ ਹੋ, ਹਮਨੂੰ 100% ਦੇਣਾ ਹੈ ਔਰ ਹਮਨੇ ਇਸ ਬਾਰ ਗੋਲਡ ਮੈਡਲ ਲੈ ਕੇ ਆਉਣਾ ਹੈ। ਤੋ ਪਿਛਲੀ ਬਾਰ ਓਲੰਪਿਕਸ ਮੇਂ ਜੋ ਭਾਰਤ ਬ੍ਰੌਂਜ਼ ਮੈਡਲ ਲੈ ਪਾਇਆ ਥਾ, ਇਸ ਬਾਰ ਲੱਗ ਰਿਹਾ ਹੈ ਕਿ ਗੋਲਡ ਮੈਡਲ ਜੀਤ ਪਾਏਗੀ ਇੰਡੀਆ। ਹਾਂ, ਬੱਚੇ ਅਜਿਹੀ ਕਹਿ ਰਹੇ ਹੈ, ਸਭੀ ਨੇ ਅਜਿਹੀ ਕਹਾ ਜੋ ਆਪਣੇ ਪੰਜਾਬ ਵਿੱਚ ਸਭ ਟੀਮ ਸੱਚੇ ਬਾਤਰੀ ਬੋਲਤੇ ਹੈ, ਹਮ ਲੋਕ ਇਸ ਬਾਰ ਗੋਲਡ ਮੈਡਲ ਹੀ ਲੇਕਰ ਆਏਂਗੇ। ਤੋ ਖਾਸ ਕਰ ਮਨਦੀਪ ਕੀ ਬਾਤ ਕੀ ਜਾਏ ਤਾਂ ਮਨਦੀਪ ਸਿੰਘ ਕੋ ਲੇਕਰ ਵੀ ਨਿਗਾਹੇਂ ਰਹੇਂਗੀ, ਕਿਉਂਕਿ ਅਟੈਕਿੰਗ ਪਲੇਅਰ ਹੈ, ਗੋਲ ਕਰਨੇ ਮੇਂ ਮਾਹਿਰ ਹੈ, ਤੋ ਕੈਸੇ ਦੇਖਤੇ ਉਨਸੇ ਬਾਤਚੀਤ ਹੋਈ ਹੈ? ਹਾਂ ਦੇਖੋ, ਪਲੇਅਰ ਅੱਛਾ ਹੈ, ਆਪਕੋ ਜੇ ਪਤਾ ਹੀ ਹੈ, ਉਸਕੋ ਕਹੀਂ ਨਾ ਕਹੀਂ ਉਹਨੇ ਕਵਰ ਤੋਂ ਕਰਨਾ ਹੀ ਹੈ, ਲੇਕਿਨ ਇਸ ਵਾਰ ਟੀਮ ਕੇ ਸਭੀ ਪਲੇਅਰ ਅੱਛੇ ਹੈ ਔਰ ਉਮੀਦ ਹੈ ਇਸ ਵਾਰ ਗੋਲਡ ਮੈਡਲ ਹੀ ਆਏਗਾ। ਮੈਚ ਖੇਲਣੇ ਸੇ ਪਹਿਲੇ ਕੋਈ ਬਾਤ ਹੋਈ ਹੈ ਮਨਦੀਪ ਸੇ? ਨਹੀਂ ਅੱਜ ਅਭੀ ਬਾਤ ਹੋਈ ਨਹੀਂ, ਬਸ ਉਮੀਦ ਹੈ ਵੀ ਅਭੀ ਮੈਚ ਸਟਾਰਟ ਹੋਣ ਪਹਿਲੇ ਪਹਿਲੇ ਮੁੰਡਿਆਂ ਨੂੰ ਫੋਨ ਆ ਜਾਏਗਾ ਔਰ ਫਿਰ ਬਾਤ ਹੋਗੀ। ਲੱਗ ਰਿਹਾ ਹੈ ਕਿ ਇਸ ਵਾਰ ਜੋ ਬੜੀਆ ਪ੍ਰਦਰਸ਼ਨ ਕਰ ਪਾਏਗੀ ਭਾਰਤੀ ਟੀਮ, ਕਿਉਂਕਿ ਓਲੰਪਿਕਸ ਮੇਂ ਸਭ ਕੀ ਨਿਗਾਹੀ ਰਹੇਗੀ ਕਿ ਇਸ ਵਾਰ ਟੀਮ ਇੰਡੀਆ ਗੋਲਡ ਮੈਡਲ ਤੱਕ ਪਹੁੰਚਦੀ ਹੈ ਕਿ ਨਹੀਂ। ਦੇਖੋ ਜੀ, ਉਮੀਦ ਤੋਂ 100% ਹੈ, ਤੋ ਉਮੀਦ ਹੈ ਵੀ ਇਸ ਵਾਰ ਇੰਡੀਆ ਗੋਲਡ ਮੈਡਲ ਲੈ ਕੇ ਆਏਗੀ। ਅੱਜ ਜੋ ਮੁਕਾਬਲਾ ਹੋਣੇ ਜਾ ਰਿਹਾ ਹੈ ਭਾਰਤੀ ਹਾਕੀ ਟੀਮ ਕਾ ਨਿਊਜ਼ੀਲੈਂਡ ਟੀਮ ਕੇ ਸਾਥ, ਕੈਸੇ ਦੇਖਤੇ ਇਸ ਮੁਕਾਬਲੇ? ਅੱਜ ਜੋ ਮੈਚ ਹੋਣੇ ਜਾ ਰਿਹਾ ਹੈ ਉਹ ਬੱਚੋਂ ਨੇ ਬਹੁਤ ਮਿਹਨਤ ਕੀ ਹੈ, ਉਮੀਦ ਹੈ ਕਿ ਪਹਿਲਾ ਮੈਚ ਜਿੱਤ ਕੇ ਹੀ ਆਏਗੇ। ਕੈਸੇ ਦੇਖਤੇ ਕਿ ਇਸ ਵਾਰ ਟੀਮ ਕੈਸਾ ਪ੍ਰਦਰਸ਼ਨ ਕਰੇਗੀ, ਕਿਉਂਕਿ ਕਾਫੀ ਬਾਕੀ ਟੀਮੇ ਵੀ ਹੈ ਜੋ ਪੂਰਨ ਤਿਆਰੀ ਕੇ ਸਾਥ ਆਈ ਹੋਈ। ਇਹਨਾਂ ਨੇ ਮਿਹਨਤ ਬਹੁਤ ਕੀ ਹੈ, ਉਮੀਦ ਹੈ ਕਿ ਜੇ ਮੈਚ ਜਿੱਤ ਕਰ ਹੀ ਆਏਗੇ। ਤੋ ਕੋਈ ਬਾਤਚੀਤ ਹੋਈ ਹੈ ਮਨਦੀਪ ਕੇ ਸਾਥ ਆਪਕੀ? ਨਹੀਂ ਅੱਜ ਤੋਂ ਨਹੀਂ ਹੋਈ, ਬਿਜੀ ਆ ਰਹੇ ਹੈ ਵੋ
बच्चे सभी, तो आज बात नहीं हो पाई इससे। पिछली बार ब्रॉन्ज मेडल जीता था इंडिया ने, इस बार लगता है कि गोल्ड तक पहुंच पाएगी? उम्मीद तो पूरी है कि इस बार गोल्ड लेके आएंगे। तो टीम के प्रदर्शन को लेके कैसे देखते हैं? बच्चों ने बहुत मेहनत की है सभी बच्चों ने, तो और उम्मीद करते हैं कि इस बार गोल्ड मेडल लेके आएंगे बच्चे। कुछ खास स्ट्रेटजी देख रहे हैं कि इस बार कुछ करेगी टीम, कोई बदलाव? हाँ, खेल में इस बार इन्होंने बहुत ज्यादा मेहनत की है और सभी बच्चों ने मेहनत की है, और हम उम्मीद करते हैं कि जो गोल्ड मेडल इस बार लेकर आएंगे। कुछ कहना चाहेंगे मनदीप को या उनकी टीम को? हाँ जी, सभी बच्चों को, मनदीप को और सभी बच्चों को बेस्ट ऑफ लक, और गोल्ड मेडल लेके आओ जल्दी से।